विजन पंजाब टीवी तुहाडा स्वागत है। मैं हां बिक्रमजीत सिंह। डेरा बसी भी तैनात एक महिला थानेदार वालों रिश्वत लैण दा मामला सामने आया अते रिश्वत दा इल्जाम भी उस महिला थानेदार दे उपर लगाया गया, जिस दे आधार ते चलदिआं पुलिस वालों कार्रवाई अमर विच लियांदी गई है अते उस महिला थानेदार ते परचा दर्ज करके अगेली कार्रवाई भी शुरू कर दित्ती गई है। मैडम एक ना तुसीं विजिलेंस नूं कोई कंप्लेंट कीती है ते तुसीं एक सीसीटीवी फुटेज दिखा रहे हो जिहदे विच तुहाडे घर 'च बैठी एक लेडीज पुलिस है, हाँ जी, पैसे ले रही तुहाडे तों, तुहाडा दोष है भी उन्हें तुहाडे तों रिश्वत ली है, हाँ जी। की मामला सी इह? ना 1376 दा इह मामला सीगा। पता लगे जे सिस्टम वाले नहीं बेकार फिर तो कटोरे ले लो जी, घर घर भीख मंगनी शुरू कर दो। पुरानी सरकार दे टाइम नहीं होया, हुण अगली सरकार च भी कुछ नहीं हो रहा। देखो ये तो थोड़े सामने ही है जी। केजरीवाल तो कहता सीगा, भगवंत मान ने भी कहा, रंधावे ने भी कहा भी साड़ी सरकार एक पैसा नहीं लऊगी, साड़ी सरकार एक पैसा नहीं लऊगी। ये तो थानू मैं सेम दिखाई दिता जी, विद प्रूफ है। हुने जड़ी वीडियो है ए मैडम भी डेरा बसी थाने ची है? ए मैडम हुन डेरा बसी थाने ची नहीं है। जद इस मैडम नू पता लग्या भी मेरे को वीडियो हैगी है तो 5 महीने पहला, तो ये इत्थों बदली करा के चलेगी। ਹੁਣ ਤੁਸੀਂ ਇਹਦੀ ਸ਼ਿਕਾਇਤ ਪਾਈ ਹੈ ਕਿੱਥੇ ਵਿਜੀਲੈਂਸ ਨੂੰ? ਸਾਰੀ ਜਗ੍ਹਾ ਪਾਈ ਹੋਈ ਹੈ ਜੀ। ਵਿਜੀਲੈਂਸ ਨੇ ਮੈਨੂੰ ਇਹ ਨੰਬਰ ਦਿੱਤਾ ਹੈਗਾ, ਮੇਰਾ ਵਿਜੀਲੈਂਸ ਕੋਲੋਂ ਨੰਬਰ ਲੱਗ ਕੇ ਆਇਆ। ਸੀਐਮ ਦਾ ਜਿਹੜਾ ਉਹ ਹੈਗਾ, ਕੀ ਕਹਿੰਦੇ ਹੁੰਦੇ ਆ, ਇੱਕ ਸੀਐਮ ਸਾਹਿਬ ਨੇ ਇੱਕ ਨੰਬਰ ਜਾਰੀ ਕੀਤਾ ਸੀ। ਇਹ ਮੈਂ ਉਹਨਾਂ ਨੂੰ ਵੀਡੀਓ ਪਾਈ ਹੈ ਜੀ, ਦੇਖੋ। ਉੱਥੋਂ ਫਿਰ ਰਿਵਰਟ ਆ ਗਿਆ। ਇਹ ਮੈਂ ਉਹਨਾਂ ਨੂੰ ਵੀਡੀਓ ਪਾਈ ਹੈ ਜੋ ਮੈਂ, ਇਹ ਮੇਰੇ ਘਰ ਦੀ ਵੀਡੀਓ, ਇੱਥੇ ਮੈਂ ਬੈਠੀ ਹਾਂ, ਸਿਰਫ ਸੋਫਾ ਚੇਂਜ ਆ, ਸੋਫਾ ਮੈਂ ਚੇਂਜ ਕੀਤਾ। ਅਤੇ ਇਸ ਤੋਂ ਬਾਅਦ ਫਿਰ ਉਹਨਾਂ ਦੇ ਕਿਆ ਰਿਸਪੋਂਸ ਆਇਆ? ਉਹਨਾਂ ਦਾ, ਉਹਨਾਂ ਨੇ ਮੇਰੇ ਤੋਂ ਉਹ ਲੈ ਕੇ ਔਰ ਇਹ ਨੰਬਰ ਮੇਰੇ ਉੱਤੇ ਰੈਫਰੈਂਸ ਕੀਤਾ। ਮੈਡਮ ਜੀ ਇੱਕ ਮਾਮਲਾ ਸਾਹਮਣੇ ਆਇਆ ਜੀ, ASI ਰਿਸ਼ਵਤ ਲੈਂਦੇ ਵਾਇਰਲ ਹੋਈ ਜੀ ਵੀਡੀਓ, ਕੀ ਪੂਰਾ ਮਾਮਲਾ ਜੀ? ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਕੱਲ੍ਹ ਪਰਸੋਂ, ਇਹਦੀ ਮੈਂ ਸੋ ਮੋਟੋ ਕੋਗਨੀਜੈਂਸ ਲੈ ਕੇ ਇੱਕ FIR ਦਰਜ ਕਰਤੀ ਹੈਗੀ ਹੈ ਅਗੇਂਸਟ ASI ਪ੍ਰਵੀਨ ਕੌਰ ਅੰਡਰ ਦਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ। ਮੈਡਮ ਜੀ ਕਦ ਤੱਕ ਹੋ ਜਾਏਗੀ ਇਹ ਕਾਰਵਾਈ? ਇਹ ਅਜੇ ਪਰਚਾ ਦਰਜ ਹੋਇਆ ਅਤੇ ਇਹਨੂੰ ਅੱਗੇ ਵਿਜੀਲੈਂਸ ਬਿਊਰੋ ਨੂੰ ਭੇਜਿਆ ਜਾਵੇਗਾ ਅਗਲੀ ਕਾਰਵਾਈ ਲਈ। ਕਿਆ ਮਹਿਲਾ ਨੂੰ, ਪੀੜਤਾ ਮਹਿਲਾ ਨੂੰ ਜੀ ਇਨਸਾਫ ਮਿਲੇਗਾ ਜੀ? ਜੀ ਅਜੇ ਉਹਨਾਂ ਦੀ ਸਟੇਟਮੈਂਟ ਹੈ ਨਹੀਂ ਹੈ, ਜਿਵੇਂ ਮੈਂ ਪਹਿਲਾਂ ਕਿਹਾ ਕਿ ਮੈਂ ਖੁਦ ਸੋ ਮੋਟੋ ਕੋਗਨੀਜੈਂਸ ਲਿੱਤੀ ਹੈਗੀ ਇਸ ਕੇਸ ਦੀ। ਵੀਡੀਓ ਵਾਇਰਲ ਹੋਣ ਦੀ ਸੋ ਮੋਟੋ ਕੋਗਨੀਜੈਂਸ ਲੈ ਕੇ ਇੱਕ ਪਰਚਾ ਦਰਜ ਕੀਤਾ ਹੈਗਾ, FIR ਨੰਬਰ 366/22 ਦਰਜ ਹੋ ਗਈ ਹੈ ਕੱਲ੍ਹ ਥਾਣਾ ਡੇਰਾ ਬਸੀ ਵਿਖੇ ਅੰਡਰ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ASI ਪ੍ਰਵੀਨ ਕੌਰ ਦੇ ਖਿਲਾਫ। ਅਤੇ ਹੁਣ ਅੱਗੇ ਕਿਆ ਕਾਰਵਾਈ ਹੋਈ ਹੈ? ਅੱਗੇ ਅਸੀਂ ਆਪਣੇ ਇਨਵੈਸਟੀਗੇਸ਼ਨ ਕਰਾਂਗੇ ਅਤੇ ਜਲਦੀ ਇਹਦੀ ਅਰੈਸਟ ਪਾਵਾਂਗੇ। ਮੈਡਮ ਇੱਦਾਂ ਇੱਕ ਇਸੀ ਕੇਸ 'ਚ ਉਹਦਾ ਲੇਡੀਜ਼ ਦਾ ਹੈਗਾ ਵੀ ਬਿਆਨ ਹੈਗਾ ਵੀ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ, ਵੀ ਰੇਪ ਕੇਸ ਹੋਇਆ ਵੀ ਕੋਈ ਕਾਰਵਾਈ ਨਹੀਂ ਕੀਤੀ ਆ, ਵੀ ਬੰਦੇ ਸਿਰਫ ਮਾਮਲਾ ਦਰਜ ਹੋਣੇ ਤੋਂ ਬਾਅਦ ਹੁਣ ਤੱਕ ਕੁਛ ਨਹੀਂ ਹੋਇਆ ਉਹਦੇ 'ਚ, ਉਹਦੀ ਕਿਆ ਕੋਈ ਇਨਕੁਆਇਰੀ ਮਾਰਕ ਹੋਈ ਹੈ, ਕੁਛ ਹੋ ਰਿਹਾ? ਇੱਕ ਇਨਕੁਆਇਰੀ ਰਿਪੋਰਟ ਸੀ ਅਤੇ ਉਹ ਜਲਦੀ ਉਹਦੇ ਵਿੱਚ ਬੰਦੇ ਦੀ ਅਰੈਸਟ ਵੀ ਪਾਈ ਜਾ ਰਹੀ ਹੈ, ਉਹਦੀ ਇਨਵੈਸਟੀਗੇਸ਼ਨ ਪੂਰੀ ਕੰਪਲੀਟ ਹੋ ਚੁੱਕੀ ਹੈ। ਇਹ ਮੈਡਮ ਜਿਹੜੀ ਪ੍ਰਵੀਨ ਕੌਰ ਦੇ ਖਿਲਾਫ ਪਰਚਾ ਦਰਜ ਹੈ, ਪਹਿਲਾਂ ਕਿੱਥੇ ਸੀ ਡਿਊਟੀ ਇਹਦੀ? ਚਾਰੇ ਵੀ ਪਹਿਲਾਂ ਵੀ ਕੁਛ ਐਲੀਗੇਸ਼ਨ ਲੱਗਦੇ ਆ ਇਹਦੇ 'ਤੇ, ਵਾਰ ਵਾਰ ਲੱਗ ਰਹੇ ਆ? ਨਹੀਂ ਅਜੇ ਇਹ ਗੱਲ ਡੂੰਘਾਈ ਵਿੱਚ ਅਸੀਂ ਇਨਵੈਸਟੀਗੇਟ ਕਰਾਂਗੇ, ਬਾਕੀ ਸਾਰੇ ਫੈਕਟਸ ਜਿਵੇਂ ਆਉਣਗੇ ਉਹ ਤੁਹਾਨੂੰ ਦੱਸ ਦਾਂਗੇ। ਬਾਕੀ ਇਹ ਹੈਗਾ ਕਿ ਇਹ ਡੇਰਾ ਬਸੀ ਪੁਲਿਸ ਸਟੇਸ਼ਨ ਵਿਖੇ ਇਹ ਕੰਮ ਕਰ ਰਹੇ ਸੀਗੇ ਅਤੇ ਇਹਨਾਂ ਨੂੰ ਤਕਰੀਬਨ ਜੂਨ ਜੁਲਾਈ ਵਿੱਚ ਇਹਨਾਂ ਨੂੰ ਪੁਲਿਸ ਲਾਈਨਸ ਵਿੱਚ ਟ੍ਰਾਂਸਫਰ ਕੀਤਾ ਗਿਆ ਸੀ। ਅਤੇ ਹੁਣ ਅਗਲਾ ਕਿਆ ਕਾਰਵਾਈ ਹੋਏਗੀ? ਪਰਚਾ ਜਿੱਦਾਂ ਦਰਜ ਹੋ ਗਿਆ ਇਹਦੇ ਤੋਂ ਇਹਦੀ ਗ੍ਰਿਫਤਾਰੀ ਹੋਏਗੀ ਜਾਂ ਕਿੱਦਾਂ? ਜੀ ਅਸੀਂ ਜਿਹੜੀ ਇਹਦੇ ਅੰਦਰ ਵੀਡੀਓ ਵਿੱਚ ਹੈਗੀ ਹੈ ਲੇਡੀ, ਉਹਦੇ ਨਾਲ ਉਹਦਾ ਵੀ ਸਟੇਟਮੈਂਟ ਲਵਾਂਗੇ ਅਤੇ ਪ੍ਰਵੀਨ ਕੌਰ ਦਾ।